আব্বাজে জরা এস মোটরসাইকেল মাওতে কুমি তে জরা আস্তে আস্তে চালামি এ মোটরসাইকেল দি হালত তো দে আপনি যেই বানা লাইছি তেরি টাঙ্গা জোর কই নি তে এ মোটরসাইকেল দি টাঙ্গা দে বিচ বি জোর কই নি এসি বি হালত এই বানাই আন তো মানে পিছে বেঠা তে গেদা তে মানে জুটা তো দে রা তে মেরি তে জান ফেরনা চাই হে তে মেনু যে হার চিজ উল্টি নজর আ রই হে তুই কিমি চালানা এ সার্কাস আ তামন শুরু কর গে দেই ਅਗਮੋਂ ਦੇ ਵਿੱਚ ਵੀ ਤੂੰ ਤੂੰ ਜਿਸ ਤਰ੍ਹਾਂ ਤੇਜ਼ ਤੇ ਟੁਰਨਾ ਦਾ ਤੇਜ਼ ਤੇਜ਼ ਕਰਕੇ ਤੇ ਇਹ ਖਾਨ ਕੋਲ ਅਗਮੋਂ ਤੋਂ ਜੀ ਚਾਹ ਜਿੱਦੀ ਹੈ ਤੇ ਇੱਥੇ ਵੀ ਜ਼ਰਾ ਤੇਜ਼ ਤੇ ਸਪੀਡ ਜੋ ਚਲਾਇਆ ਸੀ ਤੇ ਮੈਨੂੰ ਮੇਰੀ ਤਾਂ ਨਜ਼ਰ ਹੀ ਫਿਰ ਜਾਣੀ ਹੈ ਜ਼ਰਾ ਆਸਤਾ ਚਲਾਵੀ ਇਹ ਡੋਰ ਡੋਰ ਕਰਦਾ ਪਿਆ ਤੇ ਮੈਨੂੰ ਜ਼ਰਾ ਆਸਤਾ ਆਸਤਾ ਚਲਾਵੀ ਤੇਜ਼ ਨਾ ਚਲਾਵੀ ਕਹਿੰਦੇ ਇੰਦਰਾ ਮੈਂ ਦੜਾ ਨਾ ਥੱਲੇ ਗਿਰ ਜਾਵਾਂ ਬਾਅਦ ਮੈਂ ਤੇਰਾ ਠੀਕ ਆ ਬਣਿਆ ਬਾਅਦ ਮੈਂ ਬਾਜੀ ਨਾ ਵਾਂ ਹਾਲ ਆਵਾਜ਼ ਹੁਣ ਚੁੱਪ ਕਰਕੇ ਤੂੰ ਬੈਠੀ ਰਵੀਂ ਜ਼ਰਾ ਜ਼ਰਾ ਮੈਂ ਸਪੀਡ ਵਿੱਚ ਨੂੰ ਮੜਨਾ ਤਾਂ ਮੜ ਕੇ ਤਾਂ ਫਿਰ ਮੈਂ ਗੋਲ ਇਹ ਚਲਾ ਕੇ ਸਰਕਸ ਚਲਾ ਕੇ ਤਾਂ ਮੈਂ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਇਸ ਵਾਸਤੇ ਤੂੰ ਮਾੜੀ ਬੀਵੀ ਹੋਣ ਦੇ ਨਾਲ ਅਤੇ ਇਸ ਵਾਰ ਤੈਨੂੰ ਵੀ ਮੈਂ ਦੱਸਦਾ ਪਿਆ ਤਾਂ ਸਿੱਖ ਹੈ ਕੋਈ ਤੂੰ ਕਮਾਇਆ ਸੀ ਤਾਂ ਕੁਝ ਮੈਂ ਕਮਾਇਆ ਸਾਂ ਰਲ ਮਿਲ ਕੇ ਦੋਵੇਂ ਜੀ ਗੁਜ਼ਾਰਾ ਕਰਦਾ ਹੁਣ ਜ਼ਰਾ ਤੇਜ਼ ਸਪੀਡ ਮੈਂ ਚਾਹਣ ਲੱਗਾਂ ਤਾਂ ਉੱਤੋਂ ਬੰਦੇ ਵੀ ਮੈਨੂੰ ਪੈਸੇ ਦੇ ਸਨ ਤਾਂ ਉਹਨਾਂ ਕੋਲ ਵੀ ਜਲਦੀ ਜਲਦੀ ਪੈਸੇ ਮੈਂ ਖਸਣੇ ਆਉਂਦੇ ਨੇ ਜ਼ਰਾ ਤਾਂ ਹੁਣ ਜ਼ਰਾ ਤੂੰ ਵੇਖੀਆ ਤੇਰੀ ਜਾਨ ਬਹਿਮ ਆਸੀ ਲੇਕਿਨ ਤੂੰ ਅੱਖਾਂ ਨੂੰ ਉੱਠ ਕੇ ਨਹੀਂ ਥੋੜ੍ਹਾ ਥੋੜ੍ਹਾ ਟ੍ਰੇਨਿੰਗ ਕਰੇ ਸੀ ਤਾਂ ਹੀ ਤੁਹਾਨੂੰ ਸਮਝ ਆਓ ਸੀ ਨਾ ਮਾੜੀ ਬੇਗਮ ਹਾਂ ਬੇਗਮ ਸ਼ੀਰੀ ਬੇਗਮ ਸ਼ੀਰੀ ਨਾ ਹੀ ਤੇਰੇ ਸ਼ੀਰੀ ਅਤੇ ਕੰਮ ਵੀ ਤੇਰੇ ਸ਼ੀਰੀ ਜ਼ਰਾ ਹੁਣ ਮੇਰੇ ਕੋਲ ਸਿੱਖਦੀ ਜਾ ਅਤੇ ਪਤਾ ਚੱਲ ਜਾਂਦੀ ਥੱਲੇ ਤੇ ਰਾਣਾ ਸਨਾਉਲਾ ਟੰਗਾਂ ਉਲਟੀਆਂ ਕਰਕੇ ਹੁਣ ਅਸੀਂ ਸਾਰੇ ਜਿਤਨੇ ਨਮੂਨ ਵਾਲੇ ਹਾਂ ਅਸਾਂ ਹੁਣ ਸਰਕਸਾਂ ਤੇ ਕੰਮ ਹੀ ਸਿੱਖਣਾ ਖਾਨ ਸਾਹਿਬ ਤਾਂ ਸਾਨੂੰ ਕੁਝ ਨਹੀਂ ਕਰਨ ਦੇ ਰਿਹਾ ਥੱਲੇ ਤੱਕ ਨਾ ਉਹ ਸੰਗੀ ਸ਼ੇਖ ਆ ਬੈਠੇ ਆ ਨਜ਼ਰ ਵੀ ਨਾ ਫਿਰ ਟੰਗਾਂ ਵੀ ਉਲਟੀਆਂ ਨਾ ਹੋਣ ਠੀਕ ਹੈ ਨਾ ਸ਼ਹਬਾਜ ਮੇਰੇ ਗੰਜੇ ਸੱਤ ਆ ਜਾਓ ਅਤੇ ਹਾਲ ਆਵਾਜ਼ ਹੋਣੀ ਤੇਰੀ ਆਵਾਜ਼ ਢਿੱਲੀ ਹੋਣਾ ਸ਼ੁਰੂ ਹੋ ਗਈ ਆ ਤੇਰੀ ਅੰਗਰੇਜ਼ੀ ਅਤੇ ਤੂੰ ਪੰਚਰ ਹੋਣਾ ਸ਼ੁਰੂ ਹੋ ਗਈ ਆ ਔਰ ਮੇਰੇ ਨਾਲ ਦੇਖਣਾ ਅਸਾਂ ਪੂਰੇ ਮੁਲਕ ਨੂੰ ਵਕਤ ਪਾ ਕੇ ਰੱਖਿਆ ਤੂੰ ਮੇਰੀ ਬੇਗਮ ਹੈ ਅਤੇ ਤੈਨੂੰ ਹੋਣੀ ਤੇਰੀ ਆਵਾਜ਼ ਢਿੱਲੀ ਹੋਣਾ ਸ਼ੁਰੂ ਹੋ ਗਈ ਦੇਖ ਰਾਣਾ ਸਨਾਉਲਾ ਟਿਚਕਾਰੀਆਂ ਮਾਰਦਾ ਪਿਆ ਤਾਂ ਹਾਸਤਾ ਪਿਆ ਜ਼ਰਾ ਪੀਟੀ ਹੋ ਗਾ ਬਹੁਣ ਮੈਂ ਜ਼ਰਾ ਰੇਸ ਦੇਣ ਲੱਗਾ ਹੂੰ ਪਿਆਰੇ ਦੋਸਤੋ ਇਹ ਇੱਕ ਫਨੀ ਖਾਕਾ ਹੈ ਇਸਕਾ ਕਿਸੀ ਪਾਰਟੀ ਦੇ ਦਿਨ ਨਾਲ ਕੋਈ ਤਲਕ ਨਹੀਂ ਹੈ ਇਹ ਸਾਨੂੰ ਇਨਸਾਨ ਵਾਸਤੇ ਜ਼ਹਿਨੀ ਫਰੈਸ਼ਮੈਂਟ ਦੇਣ ਵਾਸਤੇ ਇਹ ਫਨੀ ਖਾਕੇ ਬਣਾਏ ਜਾਂਦੇ ਹਨ ਅਗਰ ਕਿਸੇ ਦੋਸਤੀ ਦਿਲ ਆਜ਼ਾਰੀ ਹੋਈ ਹੋਵੇ ਇਸ ਫਨੀ ਖਾਕੇ ਦੌਰਾਨ ਤਾਂ ਅਸੀਂ ਦਿਲ ਨਾਲ ਮਾਜ਼ਰਤ ਖਾਵਾਂ ਸਾਨੂੰ ਇਨਸਾਨ ਵਾਸਤੇ ਤਾਂ ਇਹ ਜ਼ਹਿਨੀ ਫਰੈਸ਼ਮੈਂਟ ਦੇਣ ਵਾਸਤੇ ਇਹ ਜ਼ਰਾ ਡਰਾਮਾਬਾਜ਼ੀ ਵਾਸਤੇ ਤੁਹਾਡੇ ਵਾਸਤੇ ਪੇਸ਼ ਕੀਤੇ ਜਾਂਦੇ ਹਨ ਵੀਡੀਓ ਨੂੰ ਲਾਈਕ ਔਰ ਕਮੈਂਟ ਔਰ ਸ਼ੇਅਰ ਲਾਜ਼ਮੀ ਕਰੋ